ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੋ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਪ੍ਰਾਇਮਰੀ ਟੀਚਰ ਦੀ ਭਰਤੀ ਸੰਬੰਧੀ ਜਾਰੀ ਕੀਤੇ ਗਏ ਅਫੀਸ਼ੀਅਲ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਸ ਨੋਟੀਫਿਕੇਸ਼ਨ ਅਧਿਨ ਜਾਰੀ ਕੀਤੀਆਂ ਗਈਆਂ ਪੋਸਟਾਂ ਦੀ ਡਿਟੇਲ ਕੁਆਲੀਫਿਕੇਸ਼ਨ ਯੋਗਤਾ ਏਜ਼ ਲਿਮਟ ਅਤੇ ਬਾਕੀ ਸ਼ਰਤਾਂ ਦੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਸੋ ਦੋਸਤੋ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਵੱਲੋਂ ਜੂਨੀਅਰ ਬੇਸਕਟ ਟ੍ਰੇਨਿੰਗ ਭਾਵ ਕੇ ਪ੍ਰਾਇਮਰੀ ਟੀਚਰ ਕਲਾਸ ਪਹਿਲੀ ਤੋਂ ਪੰਜਵੀਂ ਤੱਕ ਦੇ ਟੀਚਰ ਲਈ ਰੈਗੂਲਰ ਬੇਸ ਤੇ ਭਾਵ ਕੇ ਸਰਕਾਰੀ ਤੌਰ ਤੇ ਟੀਚਰਾਂ ਦੀ ਭਰਤੀ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੋ ਇਸ ਨੋਟੀਫਿਕੇਸ਼ਨ ਅਧੀਨ ਜੀਬੀਟੀ ਪ੍ਰਾਇਮਰੀ ਟੀਚਰ ਦੀਆਂ ਕੁੱਲ 396 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਸ ਵਿੱਚ ਜਰਨਲ ਕੈਟਾਗਰੀ ਦੀਆਂ 179 OBC ਕੈਟਾਗਰੀ ਅਤੇ ਇਹਨਾਂ 94 ਪੋਸਟਾਂ SC ਲਈ 84 ਜੇਕਰ ਕੋਈ ਕੈਂਡੀਡੇਟ EWS ਕੈਟਾਗਰੀ ਅਧੀਨ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਲਈ 39 ਪੋਸਟਾਂ ਰਿਜ਼ਰਵ ਰਹਿਣਗੀਆਂ ਸੋ 396 ਪੋਸਟਾਂ ਵਿੱਚ ਜੇਕਰ ਫਿਜ਼ੀਕਲ ਹੈਂਡੀਕੈਪਟਰ ਦੀਆਂ ਪੋਸਟਾਂ ਦੀ ਗੱਲ ਕੀਤੀ ਜਾਵੇ ਤਾਂ 16 ਪੋਸਟਾਂ ਫਿਜ਼ੀਕਲ ਹੈਂਡੀਕੈਪਟ ਅਤੇ X ਸਰਵਿਸਮੈਨ ਕੈਟਾਗਰੀ ਅਤੇ ਇਹਨਾਂ 39 ਪੋਸਟਾਂ ਰਿਜ਼ਰਵ ਰੱਖੀਆਂ ਗਈਆਂ ਹਨ ਸੋ ਦੋਸਤੋ ਜੇਕਰ ਇਹਨਾਂ ਪੋਸਟਾਂ ਦੇ ਇਹਨਾਂ ਕੁਆਲਿਫਿਕੇਸ਼ਨ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵੀ ਕੈਂਡੀਡੇਟ ਨੇ ਗ੍ਰੈਜੂਏਸ਼ਨ ਦੇ ਨਾਲ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਭਾਵ ਕਿ ਈਟੀਟੀ ਕਰ ਰੱਖੀ ਹੈ ਅਤੇ ਸੈਂਟਰਲ ਟੀਚਰ ਐਲੀਜੀਬਿਲਿਟੀ ਟੈਸਟ ਭਾਵ ਕਿ ਸੀਟੈਟ ਕਲੀਅਰ ਕੀਤਾ ਹੈ ਉਹ ਕੈਂਡੀਡੇਟ ਜੀਵੀਟੀ ਦੀਆਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੋ ਦੋਸਤੋ ਜੇਕਰ ਇਹਨਾਂ ਪੋਸਟਾਂ ਦੀ ਏਜ ਲਿਮਟ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵੀ ਕੈਂਡੀਡੇਟ 1 1 2024 ਅਧੀਨ 21 ਤੋਂ 37 ਸਾਲ ਦੀ ਉਮਰ ਵਿੱਚ ਆਉਂਦੇ ਹਨ ਉਹ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜਦ ਕਿ ਐਸਸੀ ਬੀਸੀ ਐਕਸ ਸਰਵਿਸਮੈਨ ਅਤੇ ਫਿਜ਼ੀਕਲ ਹੈਂਡੀਕੈਪਟ ਨੂੰ ਉਮਰ ਵਿੱਚ ਛੋਟ ਸਰਕਾਰੀ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ ਸੋ ਦੋਸਤੋ ਇਹਨਾਂ ਪੋਸਟਾਂ ਦੀ ਜੇਕਰ ਐਪਲੀਕੇਸ਼ਨ ਫੀਸ ਦੀ ਗੱਲ ਕੀਤੀ ਜਾਵੇ ਤਾਂ ਐਸਸੀ ਕੈਟਾਗਰੀ ਲਈ 500 ਰੁਪਏ ਅਤੇ ਬਾਕੀ ਕੈਟਾਗਰੀ ਲਈ 1000 ਰੁਪਏ ਐਪਲੀਕੇਸ਼ਨ ਫੀਸ ਰਹੇਗੀ ਸੋ ਦੋਸਤੋ ਜੇਕਰ ਇਹਨਾਂ ਪੋਸਟਾਂ ਦੇ ਇਨ ਇੰਪੋਰਟੈਂਟ ਡੇਟਸ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪੋਸਟਾਂ ਦੇ ਨਿਯੋਗ ਕੈਂਡੀਡੇਟ 24 ਜਨਵਰੀ 2024 ਸਵੇਰ 11 ਵਜੇ ਤੋਂ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਦੀ ਅਫੀਸ਼ੀਅਲ ਵੈੱਬਸਾਈਟ www.chdeducation.gov.in ਤੇ ਜਾ ਕੇ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਣਗੇ ਸੋ ਦੋਸਤੋ ਜੇਕਰ ਇਹਨਾਂ ਪੋਸਟਾਂ ਦੇ ਨਾ ਲਾਸਟ ਡੇਟ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪੋਸਟਾਂ ਲਈ 19 ਫਰਵਰੀ 2024 ਸ਼ਾਮ 5 ਵਜੇ ਤੋਂ ਪਹਿਲਾ ਪਹਿਲਾ ਕੈਂਡੀਡੇਟ ਅਪਲਾਈ ਕਰ ਸਕਣਗੇ ਸੋ ਇਹਨਾਂ ਪੋਸਟਾਂ ਦੀ ਇਹਨਾਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਗੇ ਉਹਨਾਂ ਕੈਂਡੀਡੇਟ ਦਾ ਆਨਲਾਈਨ ਬੇਸ ਤੇ ਲੈਕਟਿਵ ਪੇਪਰ ਹੋਵੇਗਾ ਲੈਕਟਿਵ ਪੇਪਰ ਹੈ ਦੇ ਇਸ ਤੇ ਮੈਰਿਟ ਲਿਸਟ ਬਣੇਗੀ ਸੋ ਜਿਹੜੇ ਵੀ ਕੈਂਡੀਡੇਟ ਮੈਰਿਟ ਲਿਸਟ ਵਿੱਚ ਆਉਣਗੇ ਉਹਨਾਂ ਕੈਂਡੀਡੇਟ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਜਾਵੇਗਾ ਸੋ ਦੋਸਤੋ ਇਹਨਾਂ ਪੋਸਟਾਂ ਅਧੀਨ ਜੇਕਰ ਰਿਟਨ ਐਗਜ਼ਾਮ ਦੇ ਪੈਟਰਨ ਦੀ ਗੱਲ ਕੀਤੀ ਜਾਵੇ ਤਾਂ ਰਿਟਨ ਐਗਜ਼ਾਮ ਵਿੱਚ ਕੁੱਲ 150 ਕੁਐਸਚਨ ਪੁੱਛੇ ਜਾਣਗੇ ਐਗਜ਼ਾਮ ਦਾ ਟਾਈਮ 2 ਘੰਟੇ 30 ਮਿੰਟ ਦਾ ਹੋਵੇਗਾ ਸੋ ਇਸ ਐਗਜ਼ਾਮ ਵਿੱਚ ਜਨਰਲ ਅਵੇਅਰਨੈਸ ਰੀਜ਼ਨਿੰਗ ਅਬਿਲਟੀ ਆਰਥਮੈਟਿਕਲ ਅਤੇ ਨਿਮੈਰੀਕਲ ਅਬਿਲਟੀ ਟੀਚਿੰਗ ਐਪਟੀਟਿਊਡ ਆਈਸੀਟੀ ਟੈਸਟ ਆਫ ਇੰਗਲਿਸ਼ ਲੈਂਗੁਏਜ ਟੈਸਟ ਆਫ ਪੰਜਾਬੀ ਲੈਂਗੁਏਜ ਟੈਸਟ ਆਫ ਹਿੰਦੀ ਲੈਂਗੁਏਜ ਅਦੇ ਇਨ ਕੁਐਸਚਨ ਮੈਥਮੈਟਿਕਸ ਜਰਨਲ ਸਾਇੰਸ ਅਤੇ ਐਸਐਸਟੀ ਭਾਵ ਕੇ ਸੋਸ਼ਲ ਸਾਇੰਸ ਅਧੀਨ ਕੁਐਸਚਨ ਪੁੱਛੇ ਜਾਣਗੇ ਸੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਲੋੜੀਂਦੀ ਯੋਗਤਾ ਰੱਖਦੇ ਹਨ ਉਹ ਕੈਂਡੀਡੇਟ 24 ਜਨਵਰੀ 2024 ਤੋਂ ਸਵੇਰ 11 ਵਜੇ ਤੋਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਸੋ ਇਹਨਾਂ ਪੋਸਟਾਂ ਲਈ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੇ ਹਰ ਕੁਐਸਚਨ ਦਾ ਆਨਸਰ ਦਿੱਤਾ ਜਾਵੇਗਾ ਸੋ ਦੋਸਤੋ ਵੀਡੀਓ ਤੇ ਜਾਣਕਾਰੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਜ਼ਰੂਰ ਸ਼ੇਅਰ ਕਰੋ ਨੈਕਸਟ ਵੀਡੀਓ ਵਿੱਚ ਇੱਕ ਨਵੇਂ ਜੌਬ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਵੇਟ ਕਰੋ ਧੰਨਵਾਦ ਸਸਿਕਾ